ਕੱਲ 8 8:30 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਲਾਂਬੜਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਲੜਕੇ ਨੇ ਆਪਦੇ ਪੇਰੈਂਟਸ ਤੇ ਆਪਦੇ ਭਰਾ ਦੀ ਜਿਹੜਾ ਮਰਡਰ ਕਰਤਾ, ਜੋ ਇਮੀਡੀਏਟਲੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਔਰ ਉੱਥੇ ਜਾ ਕੇ ਜੋ ਮਰਨ ਵਾਲੇ ਜਗਵੀਰ ਸਿੰਘ 52 ਸਾਲ ਉਮਰ ਹੈ, ਉਸ ਦੀ ਵਾਈਫ ਅੰਮ੍ਰਿਤਪਾਲ ਕੌਰ ਤੇ ਉਸ ਦਾ ਲੜਕਾ ਗਗਨਦੀਪ, ਜੋ ਇਹਨਾਂ ਤਿੰਨਾਂ ਜਣਿਆਂ ਨੂੰ ਉਸ ਦੇ ਛੋਟੇ ਬੇਟੇ ਹਰਪ੍ਰੀਤ ਸਿੰਘ ਨੇ ਜਿਹੜਾ ਗੋਲੀਆਂ ਮਾਰ ਕੇ ਮਰਡਰ ਕਰਤਾ, ਜੋ ਜਗਵੀਰ ਸਿੰਘ ਦੇ ਜਿਹੜੇ ਬ੍ਰਦਰ ਹੈ ਉਹਨਾਂ ਨੇ ਸਾਰੀ ਪੁੱਛਗਿੱਛ 'ਤੇ ਦੱਸਿਆ ਕਿ ਇਹ ਜਿਹੜਾ ਪ੍ਰੋਪਰਟੀ ਦਾ ਮਸਲਾ, ਇਹ ਲੜਕਾ ਜਿਹੜਾ ਹਰਪ੍ਰੀਤ ਸਿੰਘ ਹੈ ਜਿਹਨੇ ਮਰਡਰ ਕੀਤੇ ਹੈ, ਇਹ ਚਾਹੁੰਦਾ ਸੀ ਕਿ ਸਾਰਾ ਘਰ ਅਤੇ ਪ੍ਰੋਪਰਟੀ ਉਹਦੇ ਨਾਮ 'ਤੇ ਲਗਾ ਦਿੱਤੀ ਜਾਵੇ, ਕਿਉਂਕਿ ਉਸਦਾ ਜਿਹੜਾ ਭਰਾ ਹੈ ਉਹ ਥੋੜ੍ਹਾ ਜਿਹਾ ਮਨੀ ਮਨ ਬੁੱਧੀ ਹੈ ਔਰ ਪੇਰੈਂਟਸ ਇਸ ਗੱਲ 'ਤੇ ਮੰਨਦੇ ਨਹੀਂ ਸੀ। ਉਹਨੇ ਗੁੱਸੇ 'ਚ ਆ ਕੇ ਇਹਦੇ ਇਹਨਾਂ ਤਿੰਨਾਂ ਦਾ ਮਰਡਰ ਕਰਤਾ ਔਰ ਰਾਤ ਲੇਟ ਨਾਈਟ ਅਸੀਂ ਉਹਨੂੰ ਅਰੈਸਟ ਵੀ ਕਰ ਲਿਆ ਔਰ ਉਹਦੇ ਕੋਲੋਂ ਜਿਹੜੀਆਂ ਦੋਨੋਂ ਰਫਲਾਂ, ਇੱਕ 12 ਬੋਰ ਔਰ ਇੱਕ 22 ਬੋਰ, ਉਹ ਬਰਾਮਦ ਕਰ ਲਈ ਹੈ। ਇੱਥੇ ਵਰਣਨਯੋਗ ਹੈ ਕਿ ਇਹ ਲੜਕਾ ਜਿਹੜਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ, ਇਹਦੇ ਫਾਦਰ ਵੀ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀਗੇ ਔਰ ਇੱਥੇ ਪੁੱਛਗਿੱਛ 'ਤੇ ਵੀ ਦੱਸਿਆ ਵੀ ਜਦੋਂ ਉਹਨੇ ਮਰਡਰ ਕਰ ਦਿੱਤੇ ਸੀ ਉਸ ਤੋਂ ਬਾਅਦ ਉਹ ਕਿਊਰੋ ਮਾਲ ਦੇ ਵਿੱਚ ਫਿਲਮ ਦੇਖਣ ਚਲਾ ਗਿਆ ਸੀਗਾ ਔਰ 30 ਮਿੰਟ ਫਿਲਮ ਦੇਖਣ ਤੋਂ ਬਾਅਦ ਉਹ ਵਾਪਸ ਕਹਿ ਰਿਹਾ ਸੀ ਮੈਂ ਸਰੈਂਡਰ ਕਰਨ ਜਾ ਰਿਹਾ ਸੀ, ਪਰ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ। ਸੋ ਇਹ ਹੋ ਸਕਦਾ ਐਲੀਬਾਈ ਵੀ ਬਣਾ ਰਿਹਾ ਹੋਵੇ, ਇਹਨੂੰ ਹੁਣ ਅਰੈਸਟ ਕਰ ਲਿਆ, ਸਾਰੀ ਕੁਐਸਚਨਿੰਗ ਕਰ ਰਿਹਾ। ਕਿੰਨੇ ਰਾਉਂਡ ਕਿੰਨੀਆਂ ਗੋਲੀਆਂ ਸੋਲਜ ਨੇ? ਇਹਨੇ ਆਪਦੇ ਫਾਦਰ ਨੂੰ ਜਿਹੜੇ 5 ਗੋਲੀਆਂ ਮਾਰੀਆਂ ਔਰ ਆਪਦੀ ਮਦਰ ਤੇ ਆਪਦੇ ਭਰਾ ਨੂੰ ਇੱਕ ਇੱਕ ਗੋਲੀ ਮਾਰੀ ਆ, ਜੋ ਕਿ ਇਹਦੀ ਕੁਐਸਚਨਿੰਗ ਤੋਂ ਇਹ ਗੱਲ ਸਾਹਮਣੇ ਆਈ ਹੈ। ਬਾਕੀ ਪੋਸਟਮਾਰਟਮ ਕਰਵਾ ਰਹੇ ਆ ਔਰ ਤਕਰੀਬਨ 7 ਰਾਉਂਡ ਦੱਸ ਰਿਹਾ ਮੈਂ ਫਾਇਰ ਕੀਤੇ। ਇਸ ਦੀ ਵਾਈਫ ਦਾ ਵੀ ਕੋਈ ਵਿੱਚ ਰੋਲ ਹੈਗੀ ਹੈ? ਇਹ ਅਜੇ ਵੈਰੀਫਾਈ ਕਰ ਰਹੇ ਆ, ਇਹਦੀ ਵਾਈਫ ਜਿਹੜੀ ਆ ਉਦੋਂ ਪਿੱਕ ਗਈ ਹੋਈ ਸੀਗੀ, ਅਸੀਂ ਵੈਰੀਫਾਈ ਕਰ ਰਹੇ ਹਾਂ। ਮੁੱਖ ਵਜ੍ਹਾ ਜਿਹੜੇ ਆ ਜ਼ਮੀਨ ਨੂੰ ਲੈ ਕੇ ਚੱਲ। ਹਾਂ, ਇਹਦੀ ਮੁੱਖ ਵਜ੍ਹਾ ਜਿਹੜੀ ਆ ਪ੍ਰੋਪਰਟੀ ਡਿਸਪਿਊਟ। ਕੱਲ 8:30 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਲਾਂਬੜਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਲੜਕੇ ਨੇ ਆਪਦੇ ਪੇਰੈਂਟਸ ਤੇ ਆਪਦੇ ਭਰਾ ਦੀ ਜਿਹੜਾ ਮਰਡਰ ਕਰਤਾ, ਜੋ ਇਮੀਡੀਏਟਲੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਔਰ ਉੱਥੇ ਜਾ ਕੇ ਜੋ ਮਰਨ ਵਾਲੇ ਜਗਵੀਰ ਸਿੰਘ 52 ਸਾਲ ਉਮਰ ਹੈ, ਉਸ ਦੀ ਵਾਈਫ ਅੰਮ੍ਰਿਤਪਾਲ ਕੌਰ ਤੇ ਉਸ ਦਾ ਲੜਕਾ ਗਗਨਦੀਪ, ਜੋ ਇਹਨਾਂ ਤਿੰਨਾਂ ਜਣਿਆਂ ਨੂੰ ਉਸਦੇ ਛੋਟੇ ਬੇਟੇ ਹਰਪ੍ਰੀਤ ਸਿੰਘ ਨੇ ਜਿਹੜਾ ਗੋਲੀਆਂ ਮਾਰ ਕੇ ਮਰਡਰ ਕਰਤਾ, ਜੋ ਜਗਵੀਰ ਸਿੰਘ ਦੇ ਜਿਹੜੇ ਬ੍ਰਦਰ ਹੈ ਉਹਨਾਂ ਨੇ ਸਾਰੀ ਪੁੱਛਗਿੱਛ 'ਤੇ ਦੱਸਿਆ ਕਿ ਇਹ ਜਿਹੜਾ ਪ੍ਰੋਪਰਟੀ ਦਾ ਮਸਲਾ, ਇਹ ਲੜਕਾ ਜਿਹੜਾ ਹਰਪ੍ਰੀਤ ਸਿੰਘ ਹੈ ਜਿਹਨੇ ਮਰਡਰ ਕੀਤੇ ਹੈ, ਇਹ ਚਾਹੁੰਦਾ ਸੀ ਕਿ ਸਾਰਾ ਘਰ ਅਤੇ ਪ੍ਰੋਪਰਟੀ ਉਹਦੇ ਨਾਮ 'ਤੇ ਲਗਾ ਦਿੱਤੀ ਜਾਵੇ, ਕਿਉਂਕਿ ਉਸਦਾ ਜਿਹੜਾ ਭਰਾ ਹੈ ਉਹ ਥੋੜ੍ਹਾ ਜਿਹਾ ਮਨੀ ਮਨ ਬੁੱਧੀ ਹੈ ਔਰ ਪੇਰੈਂਟਸ ਇਸ ਗੱਲ 'ਤੇ ਮੰਨਦੇ ਨਹੀਂ ਸੀ। ਉਹਨੇ ਗੁੱਸੇ 'ਚ ਆ ਕੇ ਇਹਦੇ ਇਹਨਾਂ ਤਿੰਨਾਂ ਦਾ ਮਰਡਰ ਕਰਤਾ ਔਰ ਰਾਤ ਲੇਟ ਨਾਈਟ ਅਸੀਂ ਉਹਨੂੰ ਅਰੈਸਟ ਵੀ ਕਰ ਲਿਆ ਔਰ ਉਹਦੇ ਕੋਲੋਂ ਜਿਹੜੀਆਂ ਦੋਨੋਂ ਰਫਲਾਂ, ਇੱਕ 12 ਬੋਰ ਔਰ ਇੱਕ 22 ਬੋਰ, ਉਹ ਬਰਾਮਦ ਕਰ ਲਈ ਹੈ। ਇੱਥੇ ਵਰਣਨਯੋਗ ਹੈ ਕਿ ਇਹ ਲੜਕਾ ਜਿਹੜਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ, ਇਹਦੇ ਫਾਦਰ ਵੀ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਸੀਗੇ ਔਰ ਇੱਥੇ ਪੁੱਛਗਿੱਛ 'ਤੇ ਵੀ ਦੱਸਿਆ ਵੀ ਜਦੋਂ ਉਹਨੇ ਮਰਡਰ ਕਰ ਦਿੱਤੇ ਸੀ ਉਸ ਤੋਂ ਬਾਅਦ ਉਹ ਕਿਊਰੋ ਮਾਲ ਦੇ ਵਿੱਚ ਫਿਲਮ ਦੇਖਣ ਚਲਾ ਗਿਆ ਸੀਗਾ ਔਰ 30 ਮਿੰਟ ਫਿਲਮ ਦੇਖਣ ਤੋਂ ਬਾਅਦ ਉਹ ਵਾਪਸ ਕਹਿ ਰਿਹਾ ਸੀ ਮੈਂ ਸਰੈਂਡਰ ਕਰਨ ਜਾ ਰਿਹਾ ਸੀ, ਪਰ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ। ਸੋ ਇਹ ਹੋ ਸਕਦਾ ਐਲੀਬਾਈ ਵੀ ਬਣਾ ਰਿਹਾ ਹੋਵੇ, ਇਹਨੂੰ ਹੁਣ ਅਰੈਸਟ ਕਰ ਲਿਆ, ਸਾਰੀ ਕੁਐਸਚਨਿੰਗ ਕਰ ਰਿਹਾ। ਕਿੰਨੇ ਰਾਉਂਡ ਕਿੰਨੀਆਂ ਗੋਲੀਆਂ ਸੋਲਜ ਨੇ? ਇਹਨੇ ਆਪਦੇ ਫਾਦਰ ਨੂੰ ਜਿਹੜੇ 5 ਗੋਲੀਆਂ ਮਾਰੀਆਂ ਔਰ ਆਪਦੀ ਮਦਰ ਤੇ ਆਪਦੇ ਭਰਾ ਨੂੰ ਇੱਕ ਇੱਕ ਗੋਲੀ ਮਾਰੀ ਆ, ਜੋ ਕਿ ਇਹਦੀ ਕੁਐਸਚਨਿੰਗ ਤੋਂ ਇਹ ਗੱਲ ਸਾਹਮਣੇ ਆਈ ਹੈ। ਬਾਕੀ ਪੋਸਟਮਾਰਟਮ ਕਰਵਾ ਰਹੇ ਆ ਔਰ ਤਕਰੀਬਨ 7 ਰਾਉਂਡ ਦੱਸ ਰਿਹਾ ਮੈਂ ਫਾਇਰ ਕੀਤੇ। ਇਸ ਦੀ ਵਾਈਫ ਦਾ ਵੀ ਕੋਈ ਵਿੱਚ ਰੋਲ ਹੈਗੀ ਹੈ? ਇਹ ਅਜੇ ਵੈਰੀਫਾਈ ਕਰ ਰਹੇ ਆ, ਇਹਦੀ ਵਾਈਫ ਜਿਹੜੀ ਆ ਉਦੋਂ ਪਿੱਕ ਗਈ ਹੋਈ ਸੀਗੀ, ਅਸੀਂ ਵੈਰੀਫਾਈ ਕਰ ਰਹੇ ਹਾਂ। ਮੁੱਖ ਵਜ੍ਹਾ ਜਿਹੜੇ ਆ ਜ਼ਮੀਨ ਨੂੰ ਲੈ ਕੇ ਚੱਲ। ਹਾਂ, ਇਹਦੀ ਮੁੱਖ ਵਜ੍ਹਾ ਜਿਹੜੀ ਆ ਪ੍ਰੋਪਰਟੀ ਡਿਸਪਿਊਟ।